ਸਦਾ ਜਿਉਂਦਿਆਂ ਜਗ ਤੇ ਉਹ ਕਮਾਂ ਜਿਹਦੇ ਵੀਰ ਕਿਦਰੇ ਘਾਲਾਂ ਘਾਲਦੇ ਨੇ ਛੰਨੇ ਖੋਪਰੀ ਦੇ ਫੜ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ ਸ਼ਹੀਦ ਭਾਈ ਸ਼ੋਭੇਗ ਸਿੰਘ ਤੇ ਸ਼ਹਾਬਾਜ ਸਿੰਘ ਜੀ ਉਹਨਾਂ ਦੀ ਸ਼ਹਾਦਤ ਨੂੰ ਅਦੁੱਤੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਤੇ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਸੁਭੀਗ ਸਿੰਘ ਸ਼ਬਾਈ ਸਿੰਘ ਦੋਨੇ ਪੇਪੁੱਤ ਟਿੱਕੋ ਵੇਲੇ ਇਕੱਠੇ ਸ਼ਹੀਦ ਹੋਏ ਲਾਹੌਰ ਦੇ ਮੁਗਲ ਗਵਰਨਰ ਜਯਾ ਖਾਨ ਨੇ ਉਹਨਾਂ ਨੂੰ ਤਸੀਹੇ ਦੇ ਕੇ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਕਾਲ ਸ਼ਬੇਖ ਸਿੰਘ ਦੀ ਸ਼ਹਾਦਤ ਦੇ ਵੇਲੇ ਜਿਹੜੀ ਗੱਲ ਕਹੀ ਉਹ ਸਾਨੂੰ ਸਾਰਿਆਂ ਨੂੰ ਯਾਦ ਰੱਖ ਲੈਣੀ ਚਾਹੀਦੀ ਉਸਨੇ ਆਪਣੇ ਪੁੱਤਰ ਨੂੰ ਸਬੋਧਨ ਹੋ ਕੇ ਆਖਿਆ ਸੀ ਪੁੱਤਰਾ ਸਾਡੇ ਗੁਰੂ ਨੇ ਸਾਡੇ ਲਈ ਆਪਣੇ ਪੁੱਤਰ ਕੌਮ ਤੋਂ ਨਿਸ਼ਾਵਰ ਕਰ ਦਿੱਤੇ ਤੇ ਸਾਨੂੰ ਸਾਰਿਆਂ ਨੂੰ ਆਪਣੇ ਪੁੱਤਰ ਬਣਾ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੋਂਹ ਹਰ ਪੁੱਤਰ ਨਿਸ਼ਾਵਰ ਕੀਤੇ ਚਾਰ ਪੁੱਤਰ ਨਿਸ਼ਾਵਰ ਕੀਤੇ ਸਾਨੂੰ ਸਾਰਿਆਂ ਨੂੰ ਆਪਣੇ ਪੁੱਤਰ ਬਣਾ ਲਿਆ ਐਲਾਨ ਕਰ ਦਿੱਤਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਤੇ ਪੁੱਤਰਾ ਚੁਬੇਗ ਸਿੰਘ ਨੇ ਆਪਣੇ ਪੁੱਤਰ ਸ਼ਾਬਾਸ਼ ਸਿੰਘ ਨੂੰ ਆਖਿਆ ਹੁਣ ਜਦੋਂ ਕੌਮ ਤੇ ਭਾਰੀ ਬਣੀਆ ਧਰਮ ਤੇ ਭਾਰੀ ਬਣੀਆ ਸਾਡੀ ਪਰਖ ਹੋ ਰਹੀ ਆ ਸਾਡਾ ਸਿੱਖੀ ਸਿੱਧਕ ਪਰਖਿਆ ਜਾ ਰਿਹਾ ਹੈ ਤੇ ਅਸੀਂ ਆਪਣੇ ਗੁਰੂ ਨੇ ਕਿਉਂਕਿ ਸਾਨੂੰ ਪੁੱਤਰ ਬਣਾਇਆ ਅਸੀਂ ਗੁਰੂ ਦੇ ਪੁੱਤਰਾ ਵਾਲਾ ਵਤੀਰਾ ਕਰਨਾ ਏ ਧਰਮ ਤੋਂ ਸਿੱਖੀ ਤੋਂ ਕੌਮ ਤੋਂ ਸੱਚ ਤੋਂ ਸਿੱਖੀ ਦੇ ਸਿਦਕ ਤੋਂ ਕੁਰਬਾਨ ਹੋ ਜਾਣਾ ਏ ਸਾਡੇ ਗੁਰੂ ਨੇ ਆਪਣੇ ਪੁੱਤਰ ਬਾਰੇ ਤੇ ਹੁਣ ਸਾਡੀ ਵਾਰੀ ਏ ਅਸੀਂ ਗੁਰੂ ਤੋਂ ਗੁਰੂ ਦੇ ਪਿਆਰ ਦੇ ਉੱਤੇ ਨਿਸ਼ਾਵਰ ਹੋਣਾ ਏ ਗੁਰੂ ਨੇ ਪੂਰਨੇ ਪਾਏ ਸਿੱਖ ਉਹਨਾਂ ਪੂਰਨਿਆ ਤੇ ਚੱਲੇ ਜੇ ਸਤਗੁਰੂ ਗੁਰੂ ਅਰਜਨ ਦੇਵ ਜੀ ਦੇਖ ਚੁਪਲੇ ਤਾਂ ਸਮਾ ਪੈਣ ਤੇ ਭਾਈ ਦਿਆਲਾ ਵੀ ਦੇਖ ਚੁਪਲਿਆ ਜੇ ਸਤਗੁਰੂ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਤੇ ਸਮਾ ਆਉਣ ਤੇ ਭਾਈ ਸਤੀਦਾਸ ਨੂੰ ਜਦੋਂ ਰੂਮ ਵਿੱਚ ਬਨ ਕੇ ਸਾੜਿਆ ਗਿਆ ਤਾਂ ਉਹਨੇ ਵੀ ਸੀਨੇ ਕੀਤੀ ਕਿਉਂ ਸਤਗੁਰ ਨੇ ਪੂਰਨ ਬਾਦ ਦਿੱਤੀ ਜੇ ਗੁਰੂ ਤੇਗ ਬਹਾਦਰ ਨੇ ਸੀਸ ਨਿਸ਼ਾਵਰ ਕਰ ਦਿੱਤਾ ਸੀਸ ਦੀਆ ਪਰ ਸਿਰਣ ਨਾ ਦਿਆ ਤਾਂ ਉਸ ਰਸਤੇ ਦੇ ਤੁਰ ਕੇ ਸਿੱਖਾਂ ਨੇ ਵੀ ਜਦੋਂ ਕਿਤੇ ਸਮਾ ਬਣਿਆ ਬੇਸ਼ੱਕ ਉਹ ਸਿੱਖ ਸਨ ਬੇਸ਼ੱਕ ਸਿੱਖ ਰੀਆਂ ਸਨ ਉਹਨਾਂ ਦੇ ਸਵਾ ਸਵਾ ਮੰਦੇ ਪੀਸਰੇ ਪੀਸ ਲਿਆ ਉਹਨਾਂ ਨੇ ਪੁੱਤਰਾਂ ਦੇ ਹਾਰ ਕਰਵਾ ਕੇ ਗਲਾਂ 'ਚ ਪਵਾ ਲਿਆ ਪਰ ਜਿਹੜਾ ਰਸਤਾ ਗੁਰੂ ਨੇ ਦੱਸਿਆ ਧਰਮ ਤੇ ਕੈਮਰਣਾ ਸਿੱਖੀ ਸਿੱਧਕੇ ਤੇ ਕੈਮਰਣਾ ਉਹਨਾਂ ਤੇ ਕੈਮਰੇ ਆਪਾਂ ਅਰਦਾਸ 'ਚ ਉਹਨਾਂ ਸਾਰਿਆਂ ਨੂੰ ਆਜ਼ਾਦ ਕਰਦੇ ਆਂ ਜ਼ਿਕਰ ਕਰਦੇ ਆਂ ਯਾਦ ਕਰਦੇ ਅੱਜ ਭਾਈ ਸ਼ਿਵਕ ਸਿੰਘ ਸ਼ਹਾਬਾ ਸਿੰਘ ਨੂੰ ਯਾਦ ਕਰ ਰਹੇ ਆਂ ਸਿੱਖਾਂ ਦੇ ਸ਼ਹੀਦੀ ਵਰਸੇ ਦੇ ਜੋ ਸਾਡਾ ਸ਼ਹੀਦੀ ਦੇਸਾ ਉਹਦੇ ਅਨੂਠੇ ਸ਼ੀਰ ਨੇ। ਸ਼ਿਵਕ ਸਿੰਘ ਦੇ ਬਾਰੇ ਜਿੰਨੀ ਕੋ ਗਾਥਾ ਇਤਿਹਾਸ ਚ ਮਿਲਦੀ ਹੈ ਮੈਂ ਬਹੁਤ ਥੋੜੇ ਸ਼ਬਦਾਂ ਚ ਉਹਨੂੰ ਕਹਿਣ ਦੀ ਕੋਸ਼ਿਸ਼ ਕਰਦਾ। ਲਾਹੌਰ ਸਰਕਾਰ ਦਾ ਉਹ ਸਰਕਾਰੀ ठेकेदार ਸੀ। ਬਿਲਡਿੰਗਾਂ ਦਾ ਵੀ ਤੇ ਰੈਕਸ਼ਨ ਸਪਲਾਈ ਕਰਨ ਦਾ ਵੀ। ਔਰ ਨਾਲ ਨਾਲ ਵਪਾਰੀ ਸੀ। ਕਿਉਂਕਿ ਰਾਸ਼ਨ ਸਪਲਾਈ ਕਰਨਾ ਹੈ ਫੌਜ ਨੂੰ ਉਹ ਜਿਹੜੇ ਮਹਿਕਮੇ ਉਹਨਾਂ ਨੂੰ ਤੇ ਉਹ ਨਾਲ ਨਾਲ ਵਪਾਰੀ ਸੀ ਜਿਹੜੀ ਸਿਵਲ ਮਾਰਕੀਟ ਸੀ ਆਮ ਲੋਕਾਂ ਦੀ ਮਾਰਕੀਟ ਉਹਨਾਂ ਚ ਵੀ ਵੇਚਦਾ ਥੋਕ ਦਾ ਵਕਰੇਤਾ ਸੀ ਬਿਲਡਰ ਦਾ ਵੀ ਕੰਟੈਕਟ ਸੀ ਉਹਦੇ ਕੋਲ ਰਾਸ਼ਨ ਦਾ ਅਨਾਜ ਦਾ ਵੀ ਸਪਲਾਈ ਕਰਨ ਵਾਲਾ ਸੀ ਤੇ ਨਾਲ ਨਾਲ ਉਹ ਆਪਣਾ ਵਪਾਰੀ ਵੀ ਸੀ ਵੱਡਾ ਵਪਾਰੀ ਸੀ ਥੋਕ ਦਾ ਵਕਰੇਤਾ ਸੀ ਦੁਕਾਨਦਾਰ ਵੀ ਉਹ ਤੋਂ ਖਰੀਦਦੇ ਸਨ ਸੋ ਵੱਡਾ ਬੰਦਾ ਸੀ ਲਾਹੌਰ ਦੇ ਵਿੱਚ ਮੇਰੇ ਅਨੁਸਾਰ ਇੰਨਾ ਨਿਮਰਤਾ ਵਾਲਾ ਇੰਨਾ ਜੋ ਗੁਰੂ ਨੇ ਸਿਖਾਇਆ ਕੌਣਾ ਬੋਲਣੀ ਸੀ ਜਾਣਦਾ ਤੇ ਸਾਰੇ ਨੂੰ ਆਪਣੇ ਕਲਾਬ ਵਿੱਚ ਲੈਣ ਵਾਲਾ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈਏ ਗਾਉਣ ਵਾਲਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ ਬੜਾ ਨਾਮ ਕਮਾਇਆ ਉਹਨੇ ਵਧੀਆ ਵਪਾਰੀ ਦੇ ਤੌਰ ਤੇ ਸਰਕਾਰੀ ठेकेदार ਦੇ ਤੌਰ ਤੇ ਲੋਕਾਂ ਚ ਹਰਬਨ ਪਿਆਰਾ ਲੋਕਾਂ ਦੇ ਦੁੱਖ ਦਰਦ ਵਾਲੇ ਕਿਤੇ ਨਹੀਂ ਕਿਸੇ ਕੋਲ ਪੈਸੇ ਤਾਂ ਵੀ ਉਹਨਾਂ ਦੇ ਲਈ ਵੰਡਣ ਵਾਲਾ ਲੰਗਰ ਲਾਉਣ ਵਾਲਾ ਜਿਹੜਾ ਸਿੱਖੀ ਦਾ ਸੁਭਾਅ ਹੈ ਦੁਸ਼ਵੰਦ ਕੱਢਣ ਵਾਲਾ ਗਰੀਬਾਂ ਦੀ ਬਾਹ ਫੜਨ ਵਾਲਾ ਲੋਕਾਂ ਦੇ ਦੁੱਖਾਂ ਵਿੱਚ ਖੜਾ ਹੋਣ ਵਾਲਾ ਲੋਕਾਂ ਦੀਆਂ ਬਿਮਾਰੀਆਂ ਵੇਲੇ ਉਹਨਾਂ ਦੀ ਸੇਵਾ ਕਰਨ ਵਾਲਾ ਇਲਾਜ ਕਰਾਉਣ ਵਾਲਾ ਇਹ ਸਾਰੇ ਗੁਣ ਸਿੱਖ ਦੇ ਸਨ ਸਤਗੁਰੂ ਨੇ ਭਰੇ ਸਿੱਖ ਜੀ ਭਾਈ ਸ਼ੁਭੀਖ ਸਿੰਘ ਦੇ ਵਿੱਚ ਇਹ ਸਾਰੇ ਗੁਣ ਸਨ ਵੱਡਾ ਵਪਾਰੀ ਵੀ ਹੈ ਠੇਕੇਦਾਰ ਵੀ ਹੈ ਦਿਸ਼ਵੰਦ ਕੱਢਣ ਵਾਲਾ ਵੀ ਐ ਨਿਮਰਤਾ ਵਾਲਾ ਵੀ ਐ ਮਿਲਨਸਾਰ ਵੀ ਐ ਦੁਖੀਆਂ ਦੇ ਦੁੱਖ ਵਿੱਚ ਵੀ ਖਲੋਂਦਾ ਐ ਲੋਕਾਂ ਦੀਆਂ ਬਿਮਾਰੀਆਂ ਦਾ ਵੀ ਇਲਾਜ ਕਰਾਉਂਦਾ ਐ ਲੰਗਰ ਵੀ ਲਾਉਂਦਾ ਐ ਫਰਮਣ ਪਿਆਰਾ ਕਿਉਂ ਨਾ ਹੋਵੇ ਉਹ ਪਰਮਾਤਮਾ ਨੂੰ ਪਿਆਰਾ ਐ ਨਾ ਤੇ ਗੁਰਬਾਣੀ ਇਹਦਾ ਐਲਾਨ ਕਰਤਾ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਸਿੱਖ ਦੇ ਵਿੱਚ ਸਾਰੇ ਗੁਣ ਸਤਗੁਰ ਨੇ ਭਰੇ ਨੇ ਉਹ ਸਾਰੇ ਗੁਣ ਸੰਸ ਵਿੱਚ ਦੇਖ ਸਕਦੇ ਨਾਮ ਜਪਣ ਵਾਲਾ ਸੀ ਸੇਵਾ ਕਰਨ ਵਾਲਾ ਸੀ 1726 ਚ ਜਦੋਂ ਜਕਰੀਆ ਖਾਨ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਲਾਹੌਰ ਦਾ ਗਵਰਨਰ ਬਣਿਆ ਨਾ ਤੇ ਬੜਾ ਮੁਤਸਬੀ ਸੀ ਜਕਰੀਆ ਖਾਨ ਉਹਨਾਂ ਸਾਰੇ ਜਿਹੜੇ ਸਿੱਖ ਮੁਲਾਜ਼ਮ ਸਾਨੂੰ ਜਿਹੜੇ ਇੱਕ ਤਰ੍ਹਾਂ ਦੀ ਬਗਾਵਤ ਕਰਦੀ ਕੌਮ ਸੀ ਉਦੋਂ ਮਲਵਰਤਨੀਏ ਸਿੱਖ ਸਨ ਸਿੱਖ ਦੋ ਤਰ੍ਹਾਂ ਦੇ ਸਨ ਸ਼ੁਰੂ ਤੋਂ ਲੈ ਕੇ ਸਿੱਖ ਦੋ ਤਰ੍ਹਾਂ ਦੇ ਰਹੇ ਗੁਰੂ ਦੇ ਪ੍ਰਤੀ ਯਕੀਦਾ ਪੂਰਾ ਗੁਰੂ ਦੇ ਪ੍ਰਤੀ ਸ਼ਰਦਾ ਪੂਰੀ ਪਰ ਕੋਸ਼ਿਸ਼ ਸਿੱਖ ਗੁਰੂ ਦੇ ਦਰਬਾਰ ਵਿੱਚ ਰਹਿ ਕੇ ਹਕੂਮਤ ਦੇ ਲਈ ਨਾਮ ਮਿਲਵਰਤਨੀਏ ਬਣ ਗਿਆ ਉਹਨਾਂ ਨੂੰ ਜਿਹਾਰੂ ਸਿੱਖ ਕਿਹਾ ਗਿਆ ਜੰਗਲਾਂ 'ਚ ਵੀ ਚਲ ਗਿਆ ਸ਼ਹਿਰ ਵੀ ਛੱਡ ਤੇ ਪਿੰਡ ਵੀ ਛੱਡ ਦਿੱਤੇ ਪੂਰੀ ਕੌਮ ਨੇ ਕਦੀ ਸ਼ਹਿਰ ਤੇ ਪਿੰਡ ਨਹੀਂ ਛੱਡੇ ਤੇ ਕੁਝ ਸਿੱਖ ਮਿਲਵਰਤਨੀਏ ਰਹੇ ਹਕੂਮਤ ਦੇ ਨੌਕਰੀਆਂ ਕਰਦੇ ਰਹੇ ਖੇਤੀ ਕਰਦੇ ਰਹੇ ਪਰਿਵਾਰ ਪਾਲਦੇ ਰਹੇ ਪਰ ਗੁਰੂ ਦਾ ਪਿਆਰ ਇੰਨਾ ਕਿ ਜਿਹੜੇ ਜੰਗ ਲੜ ਰਹੇ ਨੇ ਉਹਨਾਂ ਲਈ ਲੰਗਰ ਵੀ ਭੇਜਦੇ ਰਹੇ ਉਹਨਾਂ ਲਈ ਕੱਪੜੇ ਵੀ ਭੇਜਦੇ ਰਹੇ ਉਹਨਾਂ ਲਈ ਹਥਿਆਰ ਵੀ ਬਣਾਉਂਦੇ ਰਹੇ ਜੁੱਤਰਾਂ ਦੇ ਸਿੱਖ ਇੱਕ ਬਲਵਰਤਨੀ ਹੈ ਹਕੂਮਤ ਦੇ ਇੱਕ ਨਾਮ ਬਲਵਰਤਨੀ ਹੈ ਪਰ ਗੁਰੂ ਨਾਲ ਪਿਆਰ ਦੋਨਾਂ ਦਾ ਜਦੋਂ ਕਿਤੇ ਪਰਖ ਗੁਰੂ ਦੇ ਪਿਆਰ ਦੀ ਆਈ ਤਾਂ ਪੂਰੇ ਉੱਤੇ ਬਾਬਾ ਮੋਤੀ ਦਾਮ ਦੀ ਉਦਾਹਰਨ ਆਪਾਂ ਲੈ ਲੇ ਇੱਕ ਬੰਨੇ ਪੂਰੀ ਕੌਮ ਬਗਾਵਤ ਤੇ ਆ ਆਨੰਦਪੁਰ ਨੂੰ ਘੇਰੇ ਪਏ ਹੋਏ ਨੇ ਪਰ ਬਾਬਾ ਮੋਤੀ RAM ਜੀ ਸਰਹੰਦ ਦੀ ਜੇਲ੍ਹ ਦੇ ਵਿੱਚ ਸਿਆਸੀ ਕੈਦੀਆਂ ਦੇ ਇਨਚਾਰਜ ਨੇ ਅੱਜ ਦੇ ਸਮੇਂ ਦਾ ਡਿਪਟੀ ਜੇਲਰ ਕਹਿਣਾ ਚਾਹੀਦਾ ਪਰ ਜਦੋਂ ਕਿਤੇ ਸਿੱਖੀ ਦੀ ਪਰਖ ਪਈ ਜਦੋਂ ਕਿਤੇ ਗੁਰੂ ਦੀ ਪਰਖ ਦਾ ਗੁਰੂ ਨਾਲ ਪਿਆਰ ਦਾ ਪਰਖ ਪਈ ਤੇ ਉਹਦਾ ਕੁਰਬਾਨ ਹੋ ਗਿਆ ਗੁਰੂ ਦੇ ਪਿਆਰ ਦੇ ਉੱਤੇ ਗੁਰੂ ਦੇ ਪੁੱਤਰਾਂ ਦੇ ਉੱਤੇ ਉਹ ਕੁਰਬਾਨ ਹੋ ਗਿਆ ਗੁਰੂ ਦੇ ਪਰਿਵਾਰ ਦੇ ਉੱਤੇ ਕੁਰਬਾਨ ਹੋ ਗਿਆ ਗੁਰੂ ਦੇ ਪੰਛੂ ਤੋਂ ਕੁਰਬਾਨ ਹੋ ਗਿਆ ਤੇ ਕੱਲੇ ਆਪ ਹੀ ਨਹੀਂ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ ਮਲਵਰਤਰੀਏ ਸਿੱਖ ਸਨ ਹਕੂਮਤ ਨਾਲ ਉਹਦਾ ਦੇ ਭਾਈ ਸ਼ਵੇਕ ਸਿੰਘ ਸਨ ਮਲਵਰਤਰੀਏ ਸਿੱਖ ਸਨ ਜੰਗਲ ਵਿੱਚ ਨਹੀਂ ਸਨ ਗਾਇ ਸਿੰਘ ਜੰਗਲਾਂ 'ਚ ਬੈਠੇ ਸਨ ਜਿੱਕਦੇ ਜਿਹੜੇ ਜਿਆਰੂ ਸਿੰਘ ਸਨ ਜਗਜੂ ਸਿੰਘ ਸਨ ਪਰ ਲਾਹੌਰ ਦੇ ਵਿੱਚ ਵੱਡੇ ਵਪਾਰੀ ਸਨ ਵੱਡੇ ਠੇਕੇਦਾਰ ਸਨ ਗੁਰੂ ਨਾਲ ਪਿਆਰ ਪੂਰਾ ਪਰ ਹਕੂਮਤ ਦੇ ਮਲਵਰਤ ਨਹੀਂ ਐਵੇਂ ਤੇ ਜਦੋਂ ਜਕਰੀਆ ਖਾਨ ਤਸਵੀ ਆਪਣੇ ਪਿਤਾ ਤੋਂ ਬਾਅਦ ਗਵਰਨਰ ਬਣਿਆ ਨਾ ਤਾਂ ਉਹਨੇ ਬਾਕੀ ਜਦੋਂ ਸਿੱਖ ਸਾਰੇ ਪਾਸੇ ਕਰਨੇ ਸ਼ੁਰੂ ਕੀਤੇ ਕਿ ਇਹਨਾਂ ਦੇ ਰਾਹੀ ਹਕੂਮਤ ਦਾ ਭੇਤ ਜਿਹੜਾ ਹੈ ਜੰਗਜੂ ਸਿੰਘਾਂ ਦੇ ਕੋਲ ਜਾਂਦਾ ਹੈ ਜਿਹਾਰੂਆਂ ਦੇ ਕੋਲ ਜਾਂਦਾ ਹੈ ਪੂਰੀ ਕੌਮ ਜਦੋਂ ਕਿ ਕੌਮ ਦਾ ਇੱਕ ਹਿੱਸਾ ਬਗਾਵਤ ਕਰ ਰਿਹਾ ਹੁੰਦਾ ਹੈ ਨਾ ਤੇ ਸਰਕਾਰਾਂ ਦੀ ਨਿਗਾਹ ਪੂਰੀ ਕੌਮ ਤੇ ਆ ਜਾਂਦੀ ਹੁੰਦੀ ਹੈ ਪੂਰੀ ਕੌਮ ਨੂੰ ਸ਼ਾਨੇ ਚ ਨੰਗਾਇਆ ਜਾਂਦਾ ਹੁੰਦਾ ਹੈ ਹੌਣ ਬੜ ਕੇ ਦੇਖਦੇ ਨੇ ਕਿ ਕਿਹਦੇ ਵਿੱਚ ਅਧਿਆਨਕ ਸਾ ਕਣ ਬਚਦਾ ਹੈ ਉਹਨੂੰ ਕਿਤੇ ਪਾਸੇ ਕਰ ਦਈਏ ਤੇ ਜਿਹਦੇ ਵਿੱਚ ਨਹੀਂ ਵੱਜਦਾ ਉਹਨੂੰ ਪੂਰੀ ਤਰ੍ਹਾਂ ਮਦੌਲ ਦੇ। ਕੁੰਮਤਾ ਇਦਾਂ ਕਰਿਆ ਕਰਦੀਆਂ ਉਦੋਂ ਵੀ ਕਰਦੀਆਂ ਸੱਚ ਵੀ ਕਰਦੀਆਂ। ਤੇ ਜਦੋਂ ਜਕਰੀਆ ਖਾਨ ਨੇ ਦੇਖਿਆ ਤਾਂ ਉਹਨੇ ਦੇਖਿਆ ਸ਼ਵੀਕ ਸਿੰਘ ਨੂੰ ਪਰਖਿਆ। ਸਿਆਣਾ ਸੀ, ਗਵਰਨਰ ਸੀ ਅਕਸਰ ਪਰ ਮਤਤਸਮੀ ਸੀ। ਉਹਨੇ ਪਹਿਲਾਂ ਤਾਂ ਕਾਇ ਨੂੰ ਸ਼ਵੇਖਸ ਨੂੰ ਪਾਸੇ ਕਰ ਦਿੱਤਾ ਜਾਵੇ ਪਰ ਜਦੋਂ ਉਹਦਾ ਵਿਹਾਰ ਦੇਖਿਆ ਜਦੋਂ ਉਹਦਾ ਪਿਛਲਾ ਰਿਕਾਰਡ ਦੇਖਿਆ ਜਦੋਂ ਉਹਦੀ ਲੋਕਾਂ ਵਿੱਚ ਮਿਲਵਰਤਨਤਾ ਦੇਖੀ ਜਦੋਂ ਉਹਦੀ ਹਰਮਨ ਪਿਆਰਤਾ ਦੇਖੀ ਜਦੋਂ ਉਹਦੀ ਸਿਆਣਪ ਦੇਖੀ ਉਹਦੇ ਨੀਤੀ ਦੇਖੀ ਉਹਦੀ ਸੂਝ ਦੇਖੀ ਤੇ ਮਨ 'ਚ ਖਿਆਲ ਆਇਆ ਨਹੀਂ ਬੰਦਾ ਕੰਮ ਦਾ ਇਹਨੂੰ ਪਾਸੇ ਨਾ ਕਰੀਏ ਕਿਤੇ ਕੰਮ ਆਵੇਗਾ ਹੈ ਵੀ ਸ਼ਖਸ ਕਿਹਦਾ ਦੇਖੀ ਪੂਰਾ ਸਿੱਖੀ ਸਿੱਧਕੀ ਪੂਰਾ ਹੈ ਪਰ ਬੰਦਾ ਸੂਝਵਾਨ ਹੈ ਸਿਆਣਾ ਬੰਦਾ ਹੈ ਕੰਮ ਆ ਸਕਦਾ ਕਿਤੇ ਸੋ ਰੱਖ ਲਿਆ 1726 ਦੇ ਵਿੱਚ ਜਕਰੀਆ ਖਾਨ ਆਇਆ ਸਿੱਖਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਭਾਈ ਤਾਰਾ ਸਿੰਘ ਵਾਹ ਦੇ ਉੱਤੇ ਹਮਲਾ ਕੀਤਾ ਗਿਆ ਭਾਈ ਤਾਰਾ ਸਿੰਘ ਵਾਹ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਤਾਰਾ ਸਿੰਘ ਵਾਹ ਦਾ ਪੰਥ ਦੇ ਵਿੱਚ ਮੰਡਾ ਸਤਕਾਰ ਸੀ ਸਿੱਖਾਂ ਨੇ ਬਗਾਵਤ ਦਾ ਐਲਾਨ ਕਰਤਾ ਕਹਿੰਦੇ ਅੱਗੇ ਮਿਲਵਰਤਨ ਸੀ ਜੰਗਲਾਂ 'ਚ ਰਹਿੰਦੇ ਸਾਂ ਹੁਣ ਬਾਹਰ ਨਿਕਲਾਂਗੇ ਲਾਹੌਰ ਦੀ ਆਰਥਿਕ ਨਾਕਾਬੰਦੀ ਕਰਾਂਗੇ ਜਿਹੜਾ ਕੋਈ ਟੈਕਸ ਲੋਕਾਂ ਦਾ ਲਾਹੌਰ ਪਹੁੰਚਣ ਨਹੀਂ ਦੇਣਾ ਤੇ ਜਿਹੜਾ ਕੋਈ ਹਥਿਆਰ ਕਾਬਲ ਕੰਦਾਰ ਤੋਂ ਆਉਂਦਾ ਹੈ ਉਹ ਇੱਥੇ ਆਉਣ ਨਹੀਂ ਦੇਣਾ ਜਿਹੜਾ ਦਿੱਲੀ ਵੱਲ ਮਾਲੀਆ ਭੇਜਦੇ ਨੇ ਉਹ ਜਾਣ ਨਹੀਂ ਦੇਣਾ ਹਕੂਮਤ ਦੀ ਆਰਥਿਕ ਨਾਕਾਬੰਦੀ ਇੱਕ ਤਰ੍ਹਾਂ ਦੀ ਕਰ ਦਿੱਤੀ ਕਿਰ ਕੇ ਬੈਠ ਕੇ ਇੱਕ ਤਰ੍ਹਾਂ ਆਲੇ ਦੁਆਲੇ ਗਰੀਲਾ ਵਾਰ ਦੇ ਨਾਲ ਅੱਜ ਜਿੱਦਾ ਦਿੱਲੀ ਦੇ ਦੁਆਲੇ ਕਿਸਾਨ ਬੈਠੇ ਨੇ ਅੱਜ ਤਾਂ ਸ਼ਾਂਤ ਵੀ ਬੈਠੇ ਨੇ ਉਦੋਂ ਬੈਠੇ ਵੀ ਹੁੰਦੇ ਸਨ ਪਰ ਗਰੀਲਾ ਵਾਰਦੇ ਤੌਰ ਤੇ ਬੈਠੇ ਹੁੰਦੇ ਸਨ ਕਿ ਲਾਹੌਰ ਦੀ ਆਰਥਿਕ ਨਾਕਾਬੰਦੀ ਹੈ। ਨਾ ਕੁਝ ਜਾਣ ਦੇਾਂਗੇ ਨਾ ਕੁਝ ਆਣ ਦੇਾਂਗੇ। ਜੇ ਕੋਈ ਅੜੇਗਾ ਮੋਰੇ ਨੇਸ਼ ਤੋਂ ਨਬੂਦ ਵੀ ਕਰਾਂਗੇ ਤੇ ਲੁੱਕ ਕੇ ਵੀ ਬੈਕਸਣਾ ਹੈ ਆਪਣੇ ਆਪ ਨੂੰ ਬਚਾਉਣਾ ਵੀ ਹੈ ਗਰੀਲਾ ਵਾਰਦੇ ਤੌਰ ਤੇ। ਚੱਕਰਿਆ ਖਾਨ ਨੇ ਬਹੁਤ ਜ਼ੁਲਮ ਕੀਤਾ ਉਹਨਾਂ ਦੇ ਨਾਲ ਪਿੰਡਾਂ ਜਾ ਕੇ ਜ਼ੁਲਮ ਕੀਤਾ ਆਲੇ ਦੁਆਲੇ ਜ਼ੁਲਮ ਕੀਤਾ ਜਿਹੜੇ ਸਿੰਘ ਦਾ ਪਤਾ ਲੱਗਦਾ ਬਗਾਵਤ ਹੈ ਉਹਦੇ ਘਰਾਂ ਦੇ ਫੜ ਕੇ ਬਹੁਤ ਪਛਦਤ ਕਰਦਾ। ਪਰ 7 ਸਾਲ ਇੱਕ ਦੋ ਦਿਨ ਨਹੀਂ 7 ਸਾਲ ਇਹ ਆਰਥਿਕ ਨਾਕਾਬੰਦੀ ਕੈਮਰੀ 1726 ਤੋਂ ਸ਼ੁਰੂ ਹੋ ਕੇ 1733 ਤੱਕ ਇਸੇ ਕਰਕੇ ਕਿਹਾ ਜਾਂਦਾ ਸਿੱਖ ਹਾਰ ਨਹੀਂ ਮੰਨਦੇ ਇਹ ਲੰਮੇ ਮੋਰਚੇ ਲਾ ਸਕਦੇ ਆ ਸਾਡਾ ਇਤਿਹਾਸ ਵਾਰ-ਵਾਰ ਬੋਲਦਾ ਕਦੀ ਕਿਸੇ ਹਕੂਮਤ ਦੀ ਉਹਦੀ ਰਾਜਧਾਨੀ ਦੀ ਉਹਦੇ ਆਲੇ-ਦੁਆਲੇ ਦੀ 7 ਸਾਲ ਆਰਥਿਕ ਨਾਕਾਬੰਦੀ ਲਗਾਤਾਰ ਹੀ ਕੀਤੀ ਸਿੱਖਾਂ ਨੇ ਕੀਤੀ ਕਰਕੇ ਦਿਖਾਈ 1726 ਤੋਂ ਲੈ ਕੇ ਮੁਗਲ ਕੁਮਦੀ ਕਰਕੇ ਦਿਖਾਈ 1733 ਤੱਕ 1733 ਤੱਕ ਜਦੋਂ ਮੁਗਲ ਹਕਮਤ ਕੰਗਾਲ ਹੋ ਗਈ ਦਿੱਲੀ ਨੂੰ ਕੋਈ ਟੱਕ ਜਾ ਨਹੀਂ ਰਿਹਾ ਲਾਹੌਰ ਵੱਲੇ ਘੋੜੇ ਆਉਂਦੇ ਨੇ ਵਪਾਰ ਹੁੰਦਾ ਹੈ ਘੋੜਿਆਂ ਦਾ ਉੱਥੇ ਉਹ ਲਾਹੌਰ ਦੇ ਵਿੱਚ ਵੜਨ ਨਹੀਂ ਦਿੱਤੇ ਜਾ ਰਹੇ ਰਾਜ ਲੁੱਟੇ ਜਾਂਦੇ ਨੇ ਖੋਲੇ ਜਾਂਦੇ ਨੇ ਔਰ ਜਿਹੜਾ ਕੋਈ ਮਾਲੀਆ ਲੈਣ ਜਾਂਦਾ ਹੈ ਕੋਈ ਮੋਮਨ ਖਾਨ ਦੀ ਡਿਊਟੀ ਲੱਗੀ ਸੀ ਆਲੇ ਦੁਆਲੇ ਮਾਝੇ ਚੋਂ ਮਾਲਿਆ ਘਰੋਂਦੀ ਜਿੱਥੇ ਕਦੇ ਜਾਂਦਾ ਉੱਥੇ ਹਮਲਾ ਹੋ ਜਾਂਦਾ ਹੈ ਤੇ مالیہ لاہور ਆ ਨਹੀਂ ਰਿਹਾ مالی ਦੀ ਹਕਮਗਾਂ ਰਕਮ ਜਿਹੜੀ ਗਾਂ ਦਿੱਲੀ ਭੇਜੀ ਨਹੀਂ ਜਾ ਰਹੀ ਦਿੱਲੀ ਵਾਲੇ ਔਖੇ ਕਾਬਲ ਵਾਲੇ ਔਖੇ ਆਲੇਦਵਾਲੇ ਜੋ ਦੋ ਹਕੂਮਤਾਂ ਬੈਠੀਆਂ ਨੇ ਦੋ ਰਾਜਤਾਨੀਆਂ ਬੈਠੀਆਂ ਨੇ ਤੇ ਲਾਹੌਰ ਜਿਹੜਾ ਹੈ ਉਹ ਜਦੋਂ ਆਰਥਿਕ ਕੰਗਾਲੀ ਦੇ ਆ ਕੇ ਖੜ ਗਿਆ ਨਾ ਉਦੋਂ ਜਕਰੀਆ ਖਾਨ ਨੇ ਕਿਹਾ ਵੀ ਸਮਝੌਤਾ ਸਿੱਖਾ ਨਾ ਕਰਨਾ ਪਾਣਾ ਜੁਲਬ ਕਰਕੇ ਦੇਖ ਲਿਆ ਗੱਲ ਨਹੀਂ ਬੰਦੀ ਫਿਰ ਉਦੋਂ ਨੇ ਸ਼ਿਵੇਕ ਸਿੰਘ ਨੂੰ ਸੱਦਿਆ 1733 ਵਿੱਚ ਵੱਡਾ ਵਪਾਰੀ ਲਾਹੌਰ ਵਿੱਚ ਰਹਿੰਦਾ ਸੀ ਇਸ ਦਾ ਮਾਲਕ ਦੀ ਲੁੱਟਿਆ ਨਹੀਂ ਸੀਗਾ ਸਿੱਖ ਸੀ। 94 ਵੀ ਰੱਖਦੇ ਸਨ ਇਸ ਗੱਲ ਦਾ ਕਿ ਆਪਣੇ ਭਰਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਸ਼ਵੇਖ ਸਿੰਘ ਨੂੰ ਸੱਦਾ ਤੇ ਸ਼ਵੇਖ ਸਿੰਘ ਨੂੰ ਸੱਦ ਕੇ ਜਕਰਿਆ ਖਾਨ ਨੇ ਆਖਿਆ ਮੇਰਾ ਸਿੱਖਾਂ ਨਾਲ ਸਮਝੌਤਾ ਕਰਾ। ਉਹ ਆਰਥਿਕ ਨਾਕਾਬੰਦੀ ਨਾ ਕਰਨ ਹਕੂਮਤ ਦੀ। ਆ ਜਿਹੜੀ ਗਰੀਲਾ ਜੰਗ ਛੇੜ ਕੇ ਬੈਠੇ ਨੇ ਵਾਪਸ ਲੈ ਲੈਣ। ਤੇ ਸ਼ਵੇਖ ਸਿੰਘ ਨੇ ਕਿਹਾ ਉਹ ਤਾਂ ਵਾਪਸ ਲੈ ਲੈਣਗੇ ਮੈਂ ਜਾ ਕੇ ਤੁਹਾਡੇ ਲੋਕਾਂ ਵੀ ਦਾਂਗਾ ਪਰ ਜਦੋਂ ਉਹ ਪੁੱਛਣਗੇ ਇਹਦੇ ਬੱਤੇ ਉਹਨਾਂ ਨੂੰ ਕੀ ਮਿਲੇਗਾ ਤੇ ਦੱਸ ਕੀ ਆਖਾ। ਤੇ ਜਕਰੀਆ ਖਾਨ ਕਹਿੰਦਾ ਜਿੱਦਾਂ ਬਾਕੀ ਦੇ ਜਵਾੜੇ ਆਲੇ ਦੋਲ ਦੇ ਨਵਾਬੀ ਲੈਂਦੇ ਨੇ ਨਵਾਬੀ ਦਾ ਖਿਤਾਬ ਦੇ ਦੇਗਾ ਕਿਸੇ ਇੱਕ ਸਿੱਖ ਨੂੰ ਜਿਹਨੂੰ ਆਪਣਾ ਲੀਡਰ ਮੰਨ ਲੈਣਗਾ ਉਹਨੂੰ ਨਵਾਬੀ ਦਾ ਖਿਤਾਬ ਦੇਾਂਗਾ ਉਹ ਸਾਡੇ ਅਧੀਨ ਨਵਾਬ ਬਣ ਕੇ ਰਹੇ ਪਰ ਬਗਾਵਤ ਨਾ ਕਰੇ ਮਿਲਵਰਤਨ ਕਾਇਮ ਰੱਖੇ ਤੇ ਸ਼ੁਭੇਗ ਸਿੰਘ ਕਹਿੰਦਾ ਨਹੀਂ ਜਕਰੀਆ ਖਾਨ ਗਵਰਨਰ ਨੂੰ ਕਹਿੰਦਾ ਕਿ ਉਹਨਾਂ ਨੇ ਕੱਲੀ ਨਵਾਬੀ ਨਾਲ ਨਹੀਂ ਮੰਨਣਾ ਨਵਾਬੀ ਦੇ ਨਾਲ ਹੋਰ ਕੀ ਮਿਲੇਗਾ ਉਹ ਕਹਿੰਦਾ ਨਵਾਬੀ ਕੱਲੀ ਥੋੜਾ ਮਿਲੇਗੀ 24 ਪਰਗਣੇ ਦੀ ਜ਼ਗੀਰ ਦਿਆਂਗਾ ਮੈਂ 24 ਪਿੰਡਾਂ ਦੀ ਜ਼ਗੀਰ ਦਿਆਂਗਾ ਉਹਦਾ ਮਾਲੀਆ ਵੀ ਉਹੋ ਗਰਾਉਣਗੇ ਉਹਦੀ ਜ਼ਮੀਨ ਦਾ ਮਾਲੀਆ ਵੀ ਉਹੋ ਗਰਾਉਣਗੇ ਉਹਦੀ ਜ਼ਮੀਨ ਜਿਹੜੀ ਸਰਕਾਰੀ ਆ ਉਹਨਾਂ ਦੀ ਹੋਵੇਗੀ ਜੋ ਮਰਜੀ ਗਾਉਣ ਜੋ ਮਰਜੀ ਪਾਦਾ ਕਰਨ ਉਹਦਾ ਮਾਲੀਆ ਉਹਨੋਂ ਤੂੰ ਲਿਆ ਜਾਵੇਗਾ ਜਿਹੜਾ ਆਲੇ ਦੁਆਲੇ ਦੇ 24 ਪਿੰਡਾਂ ਦਾ ਮਾਲੀਆ ਉਹ ਗਰਾਇਆ ਕਰਨਗੇ ਜਿੱਥੇ ਉਹਨਾਂ ਦੇ ਇਲਾਕੇ ਸਭ ਤੋਂ ਜ਼ਿਆਦਾ ਜੋਰ ਹੈ ਚਭਾਲ ਦਾ ਆਲਾ ਦਵਾਲਾ ਜਿੱਥੇ ਕਿਸੇ ਨੂੰ ਵੜਨ ਨਹੀਂ ਦਿੰਦੇ ਉਹ ਜ਼ਗੀਰ ਅੱਜ ਤੋਂ ਉਹਨਾਂ ਦੀ ਹੋਈ 24 ਪਰਗਣੇ ਦੀ ਜ਼ਗੀਰ ਵੀ ਉਹਨਾਂ ਦੀ ਦਿੱਤੀ ਬੇਸ਼ੰਕ ਇਹ ਕਹਿੰਦਾ ਨਹੀਂ ਉਹਨਾਂ ਨੂੰ ਜ਼ਗੀਰਾਂ ਦਾ ਲਾਲਚ ਵੀ ਨਹੀਂ ਸਿੱਖਾ ਨੂੰ ਤੁਸੀਂ ਜਖਰੀਆ ਖਾਨ ਕਹਿੰਦਾ ਤੂੰ ਹੀ ਦੱਸ ਕਿਦਾਂ ਮੰਨਣਗੇ ਉਹ ਕਹਿੰਦਾ ਜਿੰਨੇ ਗੁਰਦੁਆਰਿਆਂ ਤੇ ਤੁਸੀਂ ਪਹਿਰੇ ਲਾਏ ਨੇ ਜਿੰਨੇ ਗੁਰਦੁਆਰਿਆਂ ਦੀ ਤੁਸੀਂ ਨਾਕਾਬੰਦੀ ਕੀਤੀ ਹੈ ਜਿਹਦੇ ਬਦਲੇ ਉਹ ਆ ਕੇ ਲਾਹੌਰ ਦੀ ਨਾਕਾਬੰਦੀ ਕਰ ਰਹੇ ਨੇ ਗੁਰਦੁਆਰਿਆਂ ਦੀ ਨਾਕਾਬੰਦੀ ਚੱਕ ਦਿਓ ਗੁਰਦੁਆਰਿਆਂ ਦੀ ਸਾਂਭ ਸੰਭਾਲ ਦਾ ਉਹਨਾਂ ਨੂੰ ਖੁੱਲਾ ਮੌਕਾ ਦਿਓ ਆਪਣੇ ਗੁਰਦਾਰੇ ਸਾਂਭ ਸੰਭਾਲ ਕਰ ਸਕਣ ਬੇਸ਼ੱਕ ਲਾਹੌਰ ਦੇ ਗੁਰਦਾਰੇ ਹੋਣ ਬੇਸ਼ੱਕ ਅੰਮ੍ਰਿਤਸਰ ਦੇ ਗੁਰਦਾਰੇ ਹੋਣ ਤੇ ਬੇਸ਼ੱਕ ਪੰਜਾਬ ਦੇ ਕਿਤੇ ਵੀ ਗੁਰਦਾਰੇ ਹੋਣ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਦਦਾਰਿਆਂ ਦਾ ਮੌਕਾ ਦਿਓ ਗੁਰਦੁਆਰਿਆਂ ਦੀ ਸਾਂਭ ਸੰਭਾਲ ਪੰਥ ਨੂੰ ਦੇ ਦਿਓ ਨਾਕੀ ਜਿਹੜੀਆਂ ਗੁਰਦਾਰਦੀਆਂ ਨਾਕਾਬੰਦੀਆਂ ਕੀਤੀਆਂ ਨੇ ਉਹ ਚੱਕ ਦਿਓ ਸਿੱਖ ਮੰਨ ਜਾਣਗੇ ਕਿਉਂਕਿ ਗੁਰਦਾਰੇ ਨੂੰ ਬਾਦ ਪਿਆਰ ਕਰਦੇ ਨੇ ਜਕਰੀਆ ਖਾਨ ਕਿਹਾ ਉਹ ਵੀ ਮੰਨਿਆ ਇਦਾਂ ਜਕਰੀਆ ਖਾਨ ਤੋਂ ਹੀ ਲਿਖਤੀ ਬਣਵਾ ਕੇ ਇੱਕ 24 ਪਰਗਣੇ ਦੀ ਚੁਭਾਲ ਦੀ ਜ਼ਗੀਰ ਨਵਾਬੀ ਦਾ ਕਿਤਾਬ ਖਿੱਲਤ ਕਿਉਂਕਿ ਨਵਾਬੀ ਦੇ ਕਿਤਾਬ ਖਿੱਲਤ ਦਾ ਮਤਲਬ ਹੁੰਦਾ ਜਦੋਂ ਅੱਗੇ ਹਕੂਮਤ ਦਾ ਕੋਈ ਫੈਸਲਾ ਹੋਵੇਗਾ ਤੁਹਾਨੂੰ ਪੁੱਛ ਕੇ ਕੀਤਾ ਜਾਵੇਗਾ ਜਿੱਦਾਂ ਅੱਜ ਦੇ ਵਿੱਚ ਵਜ਼ੀਰਾਂ ਤੋਂ ਪੁੱਛ ਕੇ ਕੀਤਾ ਜਾਂਦਾ ਸਰਕਾਰ ਦਾ ਹਿੱਸਾ ਬਣਾਉਣ ਦੀ ਗੱਲ ਹੈ ਤੁਹਾਨੂੰ ਪੁੱਛ ਕੇ ਕੀਤਾ ਜਾਵੇਗਾ ਤੁਹਾਡੇ ਬਾਰੇ ਕੋਈ ਫੈਸਲਾ ਹੋਵੇਗਾ ਤੇ ਤੀਜਾ ਗੁਰਦੁਆਰਿਆਂ ਦੀ ਸਾਂਭ ਸੰਭਾਲ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣੀਆਂ ਇਮਾਰਤਾਂ ਬਣਾ ਸਕਦੇ ਆ ਲੰਗਰ ਲਾ ਸਕਦੇ ਆ ਪ੍ਰਚਾਰ ਕਰ ਸਕਦੇ ਆ ਉਹਦੇ ਹਾਲ ਤੋਂ ਵਾਲੀ ਨਾਕਾਬੰਦੀ ਕੀਤੀ ਚੰਦ ਕਰਦੇ ਉਹ ਨਹੀਂ ਕੀਤੀ ਜਾਵੇਗੀ ਚੱਕ ਦਿੱਤੀ ਜਾਵੇਗੀ ਨਾਕਾਬੰਦੀ ਤਿੰਨ ਸ਼ਰਤਾਂ ਲਗਾ ਲਿਖਾ ਕੇ ਸ਼ੁਭੇਕ ਸਿੰਘ ਲਾਹੌਰ ਤੋਂ ਅੰਮ੍ਰਿਤਸਰ ਪਹੁੰਚ ਗਿਆ ਉਹਨਾਂ ਦਿਨ ਅਕਾਲ ਤਖਤ ਸਭ ਦੇ ਜਹੇਦਾਰ ਦਰਬਾਰਾ ਸਿੰਘ ਸਨ ਜਹੇਦਰ ਦਰਬਾਰਾ ਸਿੰਘ ਬਹੁਤ ਸੂਝਵਾਨ ਵਿਅਕਤੀ ਕੁਰਬਾਨੀ ਵਾਲਾ ਵਿਅਕਤੀ ਉਸ ਦਾ ਭਰਾ ਚਪਕੌਰ ਦੀ جنگੇ ਸ਼ਹੀਦ ਹੋਇਆ ਸੀ ਨਾਨੂ ਨਾਨੂ ਸਿੰਘ ਜੀ ਨਾਨੂ ਸਿੰਘ ਦੀ ਵੱਡੀ ਕੁਰਬਾਨੀ ਸੀ ਪਰਿਵਾਰ ਦੀ ਵੱਡੀ ਕੁਰਬਾਨੀ ਸੀ ਦਿੱਲੀ ਵਾਲਾ ਪਰਿਵਾਰ ਸੀ ਗਿਣਿਆ ਜਾਂਦਾ ਹੈ ਜਹੇਦਰ ਦਰਬਾਰਾ ਸਿੰਘ ਉਹਦੇ ਭਰਾ ਹੋਰ ਵੀ ਸ਼ਹੀਦ ਹੋ ਅਸਲ ਪਰ ਨਾਨੂ ਸਿੰਘ ਦੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਤੋਂ ਲੈ ਕੇ ਉਹ ਉਹਨਾਂ ਦਿਨਾਂ ਜੇ ਕਾਲ ਤੱਕ ਦਾ ਜਹੇਦਾਰ ਸੀ ਸ਼ਿੰਬਾ ਭਾਈ ਜਾਰੇ ਵਿੱਚੋਂ ਸੀ ਬਹੁਤ ਵੱਡੀ ਕੁਰਬਾਨੀ ਔਰੇ ਜਹੇਦਾਰ ਦਰਬਾਰਾ ਸਿੰਘ ਦੇ ਕੋਲ ਗਿਆ ਤੇ ਜਹੇਦਾਰ ਦਰਬਾਰਾ ਸਿੰਘ ਨੇ ਆਖਿਆ ਸ਼ਿਵੇਗ ਸਿੰਘ ਹਕੂਮਤ ਦੇ ਵੱਲੋਂ ਲਿਖਤ ਤਾਂ ਲੈ ਕੇ ਆ ਗਿਆ ਪਰ ਤੈਨੂੰ ਪਤਾ ਕਿ ਕੋਈ ਵੀ ਲਿਖਤ ਹੋਵੇ ਕੋਈ ਵੀ ਪ੍ਰੋਪੋਜ਼ਲ ਆਵੇ ਉਹਦਾ ਫੈਸਲਾ ਹਮੇਸ਼ਾ ਸਰਬਤ ਖਾਲਸਾ ਕਰਦਾ ਇਕੱਲਾ ਜਹੇਦਾਰ ਨਹੀਂ ਕਰਦਾ ਜਹੇਦਾਰ ਨਿੱਕੇ ਮੁੱਦੇ ਦਾ ਫੈਸਲੇ ਕਰ ਸਕਦਾ ਹੈ ਪਰ ਵੱਡੇ ਫੈਸਲੇ ਜਦੋਂ ਕਰਨੇ ਹੁੰਦੇ ਇਕੱਲਾ ਜਹੇਦਾਰ ਨਹੀਂ ਕਰਦਾ ਸਰਬਤ ਖਾਲਸਾ ਦੀ ਮਰਜ਼ੀ ਦੇ ਨਾਲ ਕਰਦਾ ਬਿਲਕੁਲ ਸਹੀ ਕਿ ਹਾਂ ਮੈਨੂੰ ਪਤਾ ਹੈ ਤੇ ਇਸੇ ਕਰਕੇ ਮੈਂ ਸਰਬੱਤ ਖਾਲਸਾ ਦੀ ਇਜਾਜ਼ਤ ਵੀ ਲੈ ਕੇ ਆਇਆ। ਸਿੰਘ ਇੱਥੇ ਆਉਣਗੇ ਤੇ ਸਰਕਾਰ ਰੋਕੇਗੀ ਨਹੀਂ ਰਾਹ ਦੀ ਰਾ, ਇਸੇ ਕਰਕੇ ਸਾਰੀਆਂ ਰੁਕਾਵਟਾਂ ਵੀ ਚੁਕਾ ਦਿੱਤੀਆਂ ਨੇ ਗੁਰਦੁਆਰਿਆਂ ਦੇ ਆਲੇ ਦੁਆਲੇ। ਤੁਸੀਂ ਸਰਬੱਤ ਖਾਲਸਾ ਦਾ ਸੱਦਾ ਦਿਓ। ਸਿੰਘ ਆ ਕੇ ਫੈਸਲਾ ਕਰਨ ਤੇ ਮੈਨੂੰ ਸਿੰਘਾਂ ਨਾਲ ਜਥਿਆਂ ਨੂੰ ਸੱਦੋ ਮਲਾ ਦਿਓ ਉਹਨਾਂ ਦੇ ਨਾਲ। ਮੈਂ ਮਿਲਨਵਾ ਮਾਮੇ ਕੇਸ ਉਹਨਾਂ ਦੇ ਮੂਲੇ ਰੱਖ ਦਿਆਂਗਾ ਸਰਬੱਤ ਖਾਲਸਾ ਦੇ ਵਿੱਚ। ਸਰਬਤ ਖਾਲਸਾ ਦੇ ਲਈ ਸਿੰਘ ਸੱਦੇਗਾ ਜਿਹੜੇ ਉਸ ਸਮੇਂ ਦੇ ਹਾਲਾਤ ਮੁਤਾਬਕ ਚੋਣਵੇਂ ਸਿੰਘ ਆ ਸਕਦੇ ਸਨ ਮੁਖੀ ਮੁਖੀ ਸਿੰਘ ਆ ਸਕਦੇ ਸਨ ਉਹ ਆਏ ਸਰਬਤ ਖਾਲਸਾ ਦੇ ਮੋਰੇ ਸਾਰੀਆਂ ਮਿਸਲਾਂ ਦੇ ਮੋਰੇ ਸਰਬਤ ਅਕਾਲ ਤਖਤ ਦੇ ਉੱਤੇ ਇਕੱਠ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਦਰਬਾਰਾ ਸਿੰਘ ਸਿੰਘ ਸਾਹਿਬ ਦਰਬਾਰਾ ਸਿੰਘ ਦੀ ਇੱਕ ਤਰ੍ਹਾਂ ਦੀ ਅਗਵਾਈ ਦੇ ਵਿੱਚ ਉਹ ਇਕੱਠ ਕੀਤਾ ਗਿਆ ਸਤਗੁਰੂ ਦੀ ਹਜ਼ੂਰੀ ਦੇ ਅੰਦਰ ਇਕੱਠ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਇਕੱਠ ਕੀਤਾ ਗਿਆ ਤੇ ਜਹੇਦਾਰ ਦਰਬਾਰਾ ਸਿੰਘ ਤਾਂ ਆਪਦੇ ਲੋ ਨਾ ਕੀਤੀ ਪਰ ਪੰਥ ਨੇ ਫੈਸਲਾ ਕੀਤਾ ਸ੍ਰਵਤਖਾਲਸਾ ਨੇ ਫੈਸਲਾ ਕੀਤਾ ਸ਼ੁਭੇਕ ਸਿੰਘ ਨੇ ਆਪਣੀਆਂ ਦਲੀਲਾਂ ਰੱਖੀਆਂ ਕਿ ਆਰਥਿਕ ਨਾਕਾਮਦੀ 7 ਸਾਲ ਤੋਂ ਕਰ ਰਿਹਾ ਹੈ ਕਤਲਿਆਂ ਵੀ 7 ਸਾਲ ਤੋਂ ਹੋ ਰਹੇ ਨੇ ਹਕੂਮਤ ਦਾ ਵੀ ਨੁਕਸਾਨ ਹੋ ਰਿਹਾ ਪੰਜਾਬ ਉੱਜੜਨ ਤੇ ਆ ਗਿਆ ਜੇ ਪੰਜਾਬ ਸਾਡਾ ਹੈ ਤੇ ਉਹ ਜਾਣਨਾ ਜ਼ਰੂਰ ਹੈ ਆਪਣੇ ਆਪ ਨੂੰ ਵੀ ਤਖੜੇ ਕਰੋ ਔਰ ਆਪਣੇ ਕੋਲ ਤਾਕਤ ਇਕੱਠੀ ਕਰੋ ਗੁਰਦਰਨ ਦੀ ਸਾਮ੍ਹ ਸੁਭਾਲ ਵੀ ਕਰੋ ਸਿੱਖੀ ਦਾ ਪ੍ਰਚਾਰ ਵੀ ਕਰੋ ਤੇ ਜਦ ਤੱਕ ਨਿਭਦੀਓ ਉਦ ਤੱਕ ਨਿਭਾ ਲੋ ਨਾਲੇ ਸਿੱਖੀ ਵਧੇਗੀ ਫੁੱਲੇਗੀ ਤੋ ਜਦੋਂ ਸਰਕਾਰ ਕੇ ਤੇ ਜਾਤੀ ਕਰਨ ਲੱਗੇਗੀ ਤੇ ਜ਼ਗੀਰ ਛੱਡ ਦਿਓ ਜ਼ਗੀਰ ਮਿਲਦੀ ਆ ਹੁਣ ਗੁਰਦਾਨ ਦੇ ਸਾਹਮ ਸਭਾਲ ਮਿਲਦੀ ਆ ਹੁਣ ਜੇ ਸਰਕਾਰ ਚੁਗਦੀ ਤੇ ਜਿੰਨਾ ਚੁਗਦੀ ਉਹਨਾਂ ਚ ਘਾ ਲਓ ਰਾਜ ਤਾਂ ਆਏਗਾ ਹੀ ਆਏਗਾ ਕੋਕ ਸਤਗੁਰ ਨੇ ਲਿਖ ਨੇ ਲਿਖ ਦਿੱਤਾ ਹੈ ਕਿ ਸਿੱਖਾਂ ਨੇ ਰਾਜ ਕਰਨਾ ਹੈ ਹਮਰੇ ਸਤਗੁਰੂ ਰਾਜ ਲਿਖ ਦਿਆ ਤੇ ਸਿੱਖ ਕਹਿੰਦੇ ਨੇ ਹਮਨੇ ਦੇ ਥੀਸ ਬੋਲੀਆ ਸਿਰ ਦੇ ਕੀ ਵੀ ਲਵਾਂਗੇ ਕਿਉਂਕਿ ਸਾਡੇ ਕਰਮਾਂ ਸਤਗੁਰ ਨੇ ਰਾਜ ਲਿਖ ਦਿੱਤਾ ਹੈ ਰਾਜ ਤਾਂ ਹੁਣੇ ਹੀ ਆਉਣਾ ਹੈ ਪਰ ਜੇ ਨਵਾਬੀ ਮਿਲਦੀ ਹੈ ਤੇ ਇੱਕ ਗਾਹ ਨੂੰ ਇੱਕ ਕਦਮ ਪੱਟਿਆ ਗਿਆ ਨੇੜੇ ਵਾਲ ਨੂੰ ਰਾਜ ਦੇ ਹੋਗਾ ਇਹ ਵੀ ਲੈ ਲੈਣੀ ਚਾਹੀਦੀ ਆ। ਸੁਬੇਕ ਸਿੰਘ ਦੀ ਦਲੀਲ ਦਲੀਲ ਜਿਹੜੀ ਸੀ ਨਾ ਉਹ ਕਾਰਕਰ ਹੋ ਗਈ। ਸਰਬਤ ਖਾਲਸਾ ਨੇ ਮੰਨ ਲਿਆ ਤੇ ਸਰਬਤ ਖਾਲਸਾ ਨੇ ਫਿਰ ਫੈਸਲਾ ਵੀ ਕਰ ਦਿੱਤਾ ਕਿ ਨਵਾਬ ਕਿਹਨੂੰ ਬਣਾਇਆ ਜਾਣਾ ਹੈ ਉਹ ਜਿਹੜੀ ਸੀ ਇੱਕ ਤਰ੍ਹਾਂ ਦਾ ਜਿਹੜਾ ਗੁਣਾ ਸੀ ਉਹ ਉਹ ਕਪੂਰ ਸਿੰਘ ਸਰਦਾਰ ਦੇ ਉੱਤੇ ਪੈ ਗਿਆ। ਵਿਰਕ ਸਰਦਾਰ ਸੀ ਕਬੂਰ ਸਾੰਦਲਬਾਰ ਜੇ ਨਨਕਾਣੇ ਦੇ ਨੇੜੇ ਦੇ ਰਹਿਣ ਵਾਲਾ 1921 ਦੇ ਵਿੱਚ ਆ ਕੇ ਉਸਨੇ 1721 ਦੇ ਵਿੱਚ ਆ ਕੇ ਉਸਨੇ ਅਮਰ ਛਕਿਆ ਸੀ ਮੈਂ 1700 ਤੇਤੀ ਦੀ ਗੱਲ ਕਰ ਰਿਹਾ ਜਗੀਰਦਨ ਦੀ ਗੱਲ ਪਰ 1721 ਦੇ ਵਿੱਚ ਅਕਾਲ ਤਖਤ ਆ ਕੇ ਉਸਨੇ ਅਮਰ ਛਕਿਆ ਸੀਗਾ ਪੰਜਾਂ ਪੈਰਾਂ ਜੀ ਬਾਬਾ ਦੀਪ ਸਿੰਘ ਜੀ ਸ਼ਾਮਲ ਹੋਏ ਸਨ ਭਾਈ ਮਨੀ ਸਿੰਘ ਜੀ ਸ਼ਾਮਲ ਹੋਏ ਸਨ ਜਹੇਦਰ ਦਰਬਾਰਾ ਸਿੰਘ ਜੀ ਸ਼ਾਮਲ ਹੋਏ ਸਨ ਔਰ ਜਿਹੜਾ ਦਰਗਵਕ ਸਿੰਘ ਦੀ ਸ਼ਾਵਨੂ ਸੀ ਉਦੋਂ ਪੰਜ ਪਿਆਰੇ ਜਿਹੜੇ ਸਨ ਉਹਨਾਂ ਦਾ ਔਰ ਇਹ ਨਵਾਬ ਨਵਾਬ ਕਪੂਰ ਸਿੰਘ ਜੀ ਬਣ ਗਿਆ 1721 ਚ ਅਮਰਸ਼ਖੇ ਅਸੀ ਆਕੇ ਨੌਜਵਾਨ 1733 ਦੇ ਵਿੱਚ ਨਵਾਬ ਦੀ ਪਦਵੀ ਮਿਲ ਗਈ 12 ਸਾਲ ਬਾਅਦ ਅਮਰਸ਼ਖੇ ਦਮਾਦ ਚ ਬੜਾ ਜਾਂਬਾਦ ਜਰਨਲ ਸੀ ਬਾਅਦ ਪੰਥ ਦੇ ਜਰਨਲ ਵੀ ਬਣੇ ਨਵਾਬ ਦੀ ਪਦਵੀ ਮਿਲੀ 24 ਪਰਗਨੇ ਦੀ ਜ਼ਗੀਰ ਮਗੀ ਚਵਾਲ ਦੇ ਨੇੜੇ ਦੀ ਚਵਾਲ ਦੇ ਆਲੇ ਦੁਆਲੇ ਦੇ 24 ਪਰਗਨੇ ਸਾਰੇ ਸਮਝੌਤਾ ਹੋ ਗਿਆ ਹਕੂਮਤ ਦੇ ਨਾਲ ਤੇ ਜਦੋਂ ਇਹ ਸਮਝੌਤਾ ਕਰਕੇ ਜ਼ਖਰੀਆ ਖਾਨ ਦੇ ਕੋਲ ਸ਼ਵੇਕ ਸਿੰਘ ਗਿਆ ਤੇ ਜ਼ਖਰੀਆ ਖਾਨ ਇੰਨਾ ਖੁਸ਼ ਹੋਇਆ ਜਦੋਂ ਆਰਥਿਕ ਨਾਕਾਬੰਦੀ ਆਲੇ ਦੁਆਲੇ ਚੱਕੀ ਕਿਉਂ ਨੂੰ ਸੁੜਾ ਦੇ ਸੁੱਖ ਦਾ ਸਾਆ ਆ ਤੇ ਉਹਨੇ ਕਿਹਾ ਲਾਹੌਰ ਦਾ ਪ੍ਰਬੰਧ ਵੀ ਬਹੁਤ ਵਿਗੜਿਆ ਪਿਆ ਏ ਆਲੇ ਦੁਆਲੇ ਕਿਉਂਕਿ ਸਿੰਘ ਆ ਕੇ ਛਾਪੇ ਮਾਰਦੇ ਸਨ ਲੈ ਸ਼ਵੇਕ ਜੀਆ ਤੂੰ ਲਾਹੌਰ ਦਾ ਸਰਕਾਰੀ ਠੇਕੇਦਾਰ ਤਾਂ ਹੈ ਹੀ ਅਜੇ ਤੋ ਲਾਹੌਰ ਦਾ ਕਤਵਾਲ ਵੀ ਤੂੰ ਜਿੰਨੀ ਇੱਥੇ ਗੁੰਡਾਗਰਦੀ ਮੱਚੀ ਹੋਈ ਆ ਜਿੰਨਾ ਆਲਾ ਦਵਾਲਾ ਜਿੰਨਾ ਹਕੂਮਤ ਦੀ ਆਰਥਿਕ ਨਾਕਾਬੰਦੀ ਕਰਕੇ ਇਹ ਸ਼ਹਿਰ ਸਾਡੇ ਕਬਜ਼ੇ ਵਿੱਚ ਨਹੀਂ ਆ ਰਿਹਾ ਲੁੱਟਖੋਹਾਂ ਮੱਚੀਆਂ ਹਨ ਇਹ ਵੀ ਸਾਰੀਆਂ ਤੂੰ ਠੀਕ ਕਰਨੀਆਂ ਨੇ ਸੋ ਜਕਰਿਆ ਖਾਨ ਨੇ ਸ਼ਬੀਖ ਸਿੰਘ ਨੂੰ ਲਾਹੌਰ ਦਾ ਕਤਵਾਲ ਵੀ ਬਣਾ ਦਿੱਤਾ 1733 ਚ ਪਰ 1735 ਦੇ ਵਿੱਚ ਜਕਰਿਆ ਖਾਨ ਨੇ ਜਦੋਂ ਦੇਖਿਆ ਤਾਂ ਕੋਈ ਸ਼ਾਂਤ ਹੋ ਗਿਆ ਫਿਰ ਦੁਬਾਰਾ ਇੱਕ ਮਨ ਦੇ ਅੰਦਰ ਇੱਕ ਜਿਨ੍ਹਾਂ ਦੇ ਮਾਨ ਅੰਦਰ ਖੋਟ ਹੁੰਦਾ ਨੇ ਮਤਸਵੀ ਪੁਣਾ ਹੁੰਦਾ ਫਿਰਕੂ ਪੁਣਾ ਹੁੰਦਾ ਏ ਉਤੋਂ ਤੋਂ ਜੋ ਮਰਜ਼ੀ ਬਣ ਕੇ ਦਿਖਾਉਣ ਪਰ ਜਦੋਂ ਕਿਦੇ ਉਹਨਾਂ ਦੇ ਹਾਲਾਤ ਚੰਗੇ ਆਉਂਦੇ ਨੇ ਜਦੋਂ ਹਕੂਮਤ ਸਥਿਰ ਹੋਣ ਲੱਗੀ ਉਦੋਂ ਫਿਰ ਸਿੱਖਾਂ ਦੇ ਕਤਲੇਆਮ ਦੀ ਸੂਝਨ ਲੱਪੀ ਉਹਨਾਂ ਨੂੰ 1735 ਚ 2 ਸਾਲ ਬਾਅਦ 2 ਸਾਲ ਦੀ ਸ਼ਾਂਤੀ ਬਾਅਦ ਜਦੋਂ ਖਜ਼ਾਨੇ ਦੁਬਾਰਾ ਭਰਨ ਲੱਗ ਪਿਆ ਜਦੋਂ ਫੌਜਾਂ ਦੁਬਾਰਾ ਖੜੀਆਂ ਹੋ ਗਈਆਂ ਜਦੋਂ ਦਿੱਲੀ ਵੱਲੋਂ ਥੋੜੀ ਜੀ ਰਾਹਤ ਮਿਲ ਗਈ ਜਦੋਂ ਕਾਬਲ ਵੱਲੋਂ ਥੋੜੀ ਫੌਜੀ ਸਮਗਰੀ ਆਉਣ ਲੱਗ ਪਈ ਤੇ ਉਦੋਂ ਫਿਰ ਸਿੱਖਾਂ ਦੇ ਕਤਲੇਆਮ ਦੀ ਸੂਝ ਗਈ ਤੇ ਤਾਕ ਤੋਂ ਬੜੀ ਫੜੀ ਜਾਂਦੇ ਨੇ ਉਹਨਾਂ ਨੂੰ ਕਤਲ ਕਰਦੀ ਹੈ ਤੇ ਬਿਨਾਂ ਕਿਸੇ ਕਾਰਨ ਤੋਂ ਜਮਾਲ ਤੇ ਹਮਲਾ ਕਰਕੇ ਫੌਜ ਭੇਜ ਕੇ ਜ਼ਗੀਰ ਜ਼ਬਤ ਕਰ ਲਈ ਗਈ ਤੇ ਨਵਾਬ ਕਪੂਰ ਸਿੰਘ ਉਸ ਛੋਟੀ ਜੀ ਝੜਫ ਦੇ ਵਿੱਚੋਂ ਨਿਕਲ ਕੇ ਜਦੋਂ ਅਕਾਲ ਤਖਤ ਤੇ ਪਹੁੰਚੇ ਨਾ ਤੇ ਉੱਥੇ ਸਿੰਘ ਇਕੱਠੇ ਹੋਏ ਨੇ ਸਾਰੇ ਜਸਦਾਰ ਤੇ ਉਹਨਾਂ ਨੇ ਕਿਹਾ ਵੀ ਜ਼ਗੀਰ ਜ਼ਬਤ ਕਰ ਲਈ ਗਈ ਹੁਣ ਕੀ ਕਰਨਾ ਹੈ ਤੇ ਨਵਾਬ ਕਪੂਰ ਸਿੰਘ ਨੇ ਉੱਥੇ ਐਲਾਨ ਕੀਤਾ ਅਕਾਲ ਤਖਤ ਦੇ ਉੱਤੇ ਖੜੇ ਹੋ ਕੇ ਕਿ ਖਾਲਸਾ ਹੁਣ ਵੱਧ ਫੁੱਲ ਗਿਆ ਦੋ ਸਾਲਾਂ ਦੇ ਵਿੱਚ ਇੰਨਾ ਹੁਣ ਛੋਟੀ ਜੀ ਜ਼ਗੀਰ ਦੇ ਲਈ ਕਾਫੀ ਨਹੀਂ ਹੁਣ ਪੂਰਾ ਪੰਜਾਬ ਹੀ ਖਾਲਸੇ ਦਾ ਰਾਜ ਬਣੇਗਾ ਹੁਣ ਜ਼ਗੀਰ ਨਹੀਂ ਲਈ ਜਾਵੇਗੀ ਹੁਣ ਪੂਰਾ ਪੰਜਾਬ ਖੋਇਆ ਜਾਵੇਗਾ ਮੁਗਲਾਂ ਦੇ ਕੋਲੋਂ ਪੰਜਾਬ ਦੇ ਉੱਤੇ ਮਾਲਕੀ ਸਾਡੀ ਸਾਡੀ ਹੋਣੀ ਚਾਹੀਦੀ 1735 ਦੇ ਵਿੱਚ ਤੇ ਜਦੋਂ ਹੁਣ ਜਦੋਂ ਸਮਝੌਤਾ ਕਰਾਇਆ ਸੀ ਉਹ ਤਾਂ ਸ਼ਹਿਰ ਦੀ ਕਤਵਾਲੀ ਦੇ ਦੇਤੀ ਕਤਵਾਲ ਬਣਾ ਦਿੱਤਾ ਸ਼ਹਿਰ ਦਾ ਸ਼ਹਿਰ ਦਾ ਮਾਲਕ ਬਣਾ ਦਿੱਤਾ ਇੱਕ ਤਰ੍ਹਾਂ ਦਾ ਜਕਰੀਆ ਖਾਨ ਨੇ ਪਰ ਜਦੋਂ ਦੁਬਾਰਾ ਸਿੱਖਾਂ ਨੂੰ ਕੁਝਣਾ ਹੈ ਜਿਹੜਾ ਕਤਵਾਲ ਦਾ ਹੌਦਦਾ ਸੀ ਵਾਪਸ ਲੈ ਲਿਆ ਗਿਆ ਤੇ ਫੇਰ ਬਾਅਦ ਵਿੱਚ ਸਰਕਾਰੀ ਠੇਕੇਦਾਰੀ ਵੀ ਵਾਪਸ ਲੈ ਲਈ ਗਈ ਤੇ ਇੱਕ ਵਪਾਰੀ ਰਹਿ ਗਿਆ ਸ਼ਮੇਖਸ ਜਦੋਂ ਹਕੂਮਤਾਂ ਤੁਹਾਡੇ ਕੋਲ ਨਹੀਂ ਹੁੰਦੀਆਂ ਜਦੋਂ ਸਿਆਸੀ ਤਾਕਤਾਂ ਤੁਹਾਡੇ ਕੋਲ ਨਹੀਂ ਹੁੰਦੀਆਂ ਉਦੋਂ ਤੁਹਾਡੀਆਂ ਸਿਆਣਪਾਂ ਦਾ ਮੁੱਲ ਨਹੀਂ ਪੈਂਦਾ ਉਦੋਂ ਤੁਹਾਡੇ ਅਹੁਦਿਆਂ ਦਾ ਮੁੱਲ ਵੀ ਨਹੀਂ ਪੈਂਦਾ ਜਾਂ ਤਾਂ ਤੁਹਾਨੂੰ ਬਗਾਨਿਆਂ ਦੇ ਇਸ਼ਾਰਿਆਂ ਤੇ ਨੱਚਣਾ ਪੈਂਦਾ ਏ ਤੇ ਜਾਂ ਫਿਰ ਤੁਹਾਡੇ ਅਹੁਦੇ ਖੋਸ ਜਾਂਦੇ ਜਦੋਂ ਸਿਆਸੀ ਤਾਕਤ ਤੁਹਾਡੇ ਕੋਲ ਹੋਏਗੀ ਜਦੋਂ ਹਕੂਮਤਾਂ ਤੁਹਾਡੇ ਕੋਲ ਹੋਣਗੀਆਂ ਉਦੋਂ ਤੁਹਾਡੀਆਂ ਪ੍ਰਾਪਤੀਆਂ ਹੋਣਗੀਆਂ ਮੈਂ ਗੱਲ ਥੋੜੀ ਜੀ ਲੰਬੀ ਲੈ ਕੇ ਥੋੜੀ ਮੈਂ ਉਹਨਾਂ ਦੀ ਸ਼ਹਾਦਤ ਦੇ ਵੱਲੇ ਆਜਾ ਉਹਨੂੰ ਕਤਵਾਲ ਤੋਂ ਹਟਾ ਦਿੱਤਾ ਗਿਆ ਪਰ ਵਪਾਰੀ ਰਹਿ ਗਿਆ ਵਪਾਰੀ ਹੁੰਦਿਆਂ ਸ਼ਵੇਕ ਸਿੰਘ ਜਾਣਦਾ ਸੀ ਰਾਜ ਦੀ ਭਾਸ਼ਾ ਫਾਰਸੀ ਹੈ ਜੇ ਪੁੱਤਰ ਨੂੰ ਗਾਹ ਕੇ ਰਾਜ ਦੇ ਕੰਮਾਂ 'ਚ ਪਾਉਣਾ ਹੈ ਰਾਜ ਦੀ ਵਿਦਿਆ ਸਿਖਾਉਣੀ ਹੈ ਰਾਜਨੀਤੀ 'ਚ ਵਾੜਨਾ ਹੈ ਤਉਨੂੰ ਫਾਰਸੀ ਸਿਖਾਉਣੀ ਪਵੇਗੀ ਪੁੱਤਰ ਨੂੰ ਫਾਰਸੀ ਸਿੱਖਣ ਲਈ ਮੌਲਵੀ ਦੇ ਕੋਲ ਭੇਜਤਾ ਸ਼ਹਾਬਾਦ ਸਿੰਘ ਨੂੰ 18 ਸਾਲ ਦੀ ਉਮਰ ਹੈ ਸ਼ਹਾਬਾਦ ਸਿੰਘ ਦੀ ਬਹੁਤ ਸੁਨੱਖਾ ਨੌਜਵਾਨ ਹੈ ਬਹੁਤ ਇਹ ਸਿਆਣਾ ਨੌਜਵਾਨ ਹੈ ਸੂਝਵਾਨ ਨੌਜਵਾਨ ਹੈ ਨੀਤੀਵਾਨ ਨੌਜਵਾਨ ਹੈ ਪਾਲੀ ਦਾ ਪੁੱਤਰ ਹੈ कोतवाल ਦਾ ਪੁੱਤਰ ਹੈ ਬੜਾ ਨਾਮਣਾ ਉਸ ਦਾ ਵੀ ਸਿੱਖੀ ਚਮਕਦੀ ਹੈ ਚਿਹਰੇ ਦੇ ਉੱਤੇ ਮੌਲਵੀ ਕੋਲ ਪੜਨ ਗਿਆ ਤੇ ਮੌਲਵੀ ਨੇ ਦੇਖਿਆ ਕਿ ਐਡਾ ਹੋਣਹਾਰ ਨੌਜਵਾਨ ਫਾਰਸੀ ਸਿੱਖਣਾ ਹੈ ਫਾਰਸੀ ਫਰਨ ਫਰਨ ਬੋਲਣ ਲੱਗ ਪਿਆ ਤੇ ਮੌਲਵੀ ਨੇ ਆਖਿਆ ਕਿ ਮੈਂ ਉਹਦੇ ਮਨ 'ਚ ਖਿਆਲ ਆਇਆ ਕਿ ਇਨੂੰ ਕਿਦੇ ਮੁਸਲਮਾਨ ਬਣਾ ਕੇ ਨਾ ਆਪਣੀ ਪੁੱਤਰੀ ਮੈਂ ਇਹਦੇ ਨਾਲ ਵਿਆਹ ਦਿਆਂ ਇੱਕ ਤਾਂ ਮੈਨੂੰ ਸਵਾਬ ਮਿਲੇਗਾ ਕਿ ਮੈਂ ਕਿਸੇ ਦੂਸਰੇ ਧਰਮ ਦੇ ਬੰਦੇ ਨੂੰ ਨੂੰ ਇਸਲਾਮ ਦੇ ਦਾਰੇ ਅੰਦਰ ਲੈ ਕੇ ਆਂ ਦੂਜਾ ਮੇਰੀ ਪੁੱਤਰੀ ਐਡੇ ਹੋਣ ਹਰ ਬੱਚੇ ਨੂੰ ਵਿਆਹ ਹੀ ਜਾਵੇਗੀ ਦਾ ਪਿਓ ਕਿਤਵਾਲ ਸੀ ਇਸੇ ਕਰਕੇ ਹਟਾ ਦਿੱਤਾ ਗਿਆ ਕੋਈ ਸਿੱਖ ਹੈ ਜਦੋਂ ਇਹ ਮੁਸਲਮਾਨ ਬਣੇਗਾ ਇਹਨੂੰ ਕਿਤਵਾਲੀ ਤਾਂ ਮਿਲੇਗੀ ਮਿਲੇਗੀ ਇਹਨੂੰ ਬਹੁਤ ਵੱਡੇ ਅਹੁਦੇ ਮਿਲਣਗੇ ਮੇਰੀ ਧੀ ਦਾ ਜਨਮ ਸੌਰ ਜਾਏਗਾ ਤੇ ਉਹਨੇ ਸ਼ਿਵਾਜ ਸਿੰਘ ਨੂੰ ਪ੍ਰੇਰਣਾ ਸ਼ੁਰੂ ਕਰ ਦਿੱਤਾ ਸ਼ਿਵਾਸ ਨੇ ਨਾ ਕੀਤੀ ਗੁਰੂ ਦੇ ਕੀਤੇ ਦੀ ਗੱਲ ਕੀਤੀ ਗੁਰੂ ਦੇ ਪਿਆਰ ਦੀ ਗੱਲ ਕੀਤੀ ਇਹ ਗੱਲ ਆਖੀ ਕਿ ਗੁਰੂ ਨੇ ਤਾਂ ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ ਸੀ ਗੁਰੂ ਦੇ ਪੁੱਤਰਾ ਧਰਮ ਛੱਡਣ ਵਾਲੇ ਨਹੀਂ ਆਪਣੇ ਕੀਤੇ ਤੇ ਪਰਪਕਿਆ ਤੇ ਫਿਰ ਉਹਨੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਉਹਨੇ ਕਿ ਸਾਡਾ ਧਰਮ ਦੱਸ ਕਿਉਂ ਮਾਰਾ ਤੂੰ ਕਾਫਰ ਕਿਉਂ ਰਹਿਣਾ ਚਾਹਨਾ ਤੇ ਉਹਨੇ ਕੁਝ ਗੱਲ ਇਦਾਂ ਦੀ ਕਹਿ ਦਿੱਤੀ ਜਿਹੜਾ ਬਣਾ ਕੇ ਪੂਰੀ ਕਹਾਣੀ ਬਣਾ ਕੇ ਮੌਲਵੀ ਨੇ ਜਾ ਕੇ ਜਕਰੀਆ ਖਾਨ ਨੂੰ ਦੱਸ ਦਿੱਤੀ ਕਿ ਇਹ ਤਾਂ ਜੀ ਸਾਡੇ ਪੈਗੰਬਰ ਦੇ ਖਿਲਾਫ ਬੋਲਦਾ ਹੈ ਸਾਡੀ ਸ਼ਰਾ ਦੇ ਖਿਲਾਫ ਬੋਲਦਾ ਹੈ ਫਾਤਿਮਾ ਦੇ ਖਿਲਾਫ ਬੋਲਦਾ ਹੈ ਕੁਰਾਨ ਸ਼ਰੀਫ ਦੇ ਖਿਲਾਫ ਉਹਦਾ ਕਹਾਣੀ ਬਣਦੀ ਹਾਲੇ ਕਿ ਸਿੱਖ ਨਹੀਂ ਬੋਲ ਸਕਦਾ ਸਿੱਖ ਕਦੀ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ ਜੇ ਕੋਈ ਬੋਲਦਾ ਤਾਂ ਸਿਰਫ ਰਿਆ ਹੋਏਗਾ ਸਿੱਖ ਦਾ ਕੀਦਾ ਜਿਹੜਾ ਹੈ ਉਹ ਸਾਰਿਆਂ ਨਾਲ ਸਾਂਝਾ ਹੈ ਸਿੱਖ ਕਦੀ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ ਕਿਸੇ ਪੈਗੰਬਰ ਦੇ ਖਿਲਾਫ ਕਿਸੇ ਅਵਤਾਰ ਦੇ ਖਿਲਾਫ ਨਹੀਂ ਬੋਲਦਾ ਇੱਕ ਸਿਧਾਂਤ ਦੀ ਗੱਲ ਕਰਦਾ ਸਿੱਖ ਸਿੱਖ ਆਪਣੀ ਕਾਬਲੀਅਤ ਦੀ ਗੱਲ ਕਰਦਾ ਹੈ ਤੇ ਜੇ ਕੋਈ ਦੂਜਿਆਂ ਦੀ ਨੁਕਤਾਚਿੰਨੀ ਕਰਦਾ ਹੈ ਨਾ ਉਹ ਫਿਰ ਸਿੱਖ ਨਹੀਂ ਗੁਰੂ ਨਾਨਕ ਨੇ ਸਾਨੂੰ ਇਹ ਗੱਲ ਸਿਖਾਈ ਨਹੀਂ ਕਦੀ ਵੀ ਪਰ ਕੇਸ ਬਣਾ ਕੇ ਭੇਜ ਦਿੱਤਾ ਗਿਆ ਔਰ ਜਦੋਂ ਕੇਸ ਬਣਾ ਕੇ ਭੇਜਿਆ ਗਿਆ ਜਕਰੀਆ ਖਾਨ ਨੇ ਥੋੜੀ ਜੀ ਨਰਮਾਈ ਵਰਤੀ ਉਹ ਜਾਣਦਾ ਸੀ ਸੁਬੇਕ ਸਿੰਘ ਨੂੰ ਸ਼ਾਬਾਸ਼ ਸਿੰਘ ਨੂੰ ਪਰ ਇਹਨਾਂ ਦਾ ਨਹੀਂ ਭਾਈ ਤਾਰੂ ਸਿੰਘ ਦਾ ਕੇਸ ਹੈ ਜਕਰੀਆ ਖਾਨ ਚੱਲ ਵਸਿਆ ਉਹਦੀ ਥਾਂ ਤੇ ਜਈਆ ਖਾਨ ਗਵਰਨਰ ਬਣ ਗਿਆ ਤੇ ਜਈਆ ਖਾਨ ਦੇ ਕੋਲ ਜਾ ਕੇ ਕੇਸ ਖੁੱਲਿਆ ਜਦੋਂ ਤੇ ਉਹ ਆਪਣੇ ਆਪ ਨਾਲੋਂ ਜਕਰੀਆ ਆਪਣੇ ਆਪ ਨੂੰ ਜਕਰੀਆ ਖਾਣ ਨਾਲੋਂ ਜ਼ਿਆਦਾ ਸੰਖਤ ਜਾਬਤ ਕਰਨ ਦੇ ਲਈ ਉਹਨੇ ਦਵਾਦਬ ਕੇਸ ਸੁਣਿਆ ਸੁਬੇਕ ਸਿੰਘ ਨੂੰ ਵੀ ਚਰਖੜੀਆਂ ਤੇ ਚੜ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਤੇ ਉਹਦੇ ਪੁੱਤਰ ਸ਼ਾਬਾਸ਼ ਸਿੰਘ ਨੂੰ ਵੀ ਕਿਨਾਂ ਨੇ ਜਿਹੜੀ ਬੇਇੱਜ਼ਤੀ ਕੀਤੀ ਆ ਸਾਡੇ ਤੋਂ ਦੋਵਾਂ ਨੂੰ ਚਰਖੜੀਆਂ ਤੇ ਚਾੜਨ ਦਾ ਹੁਕਮ ਦੇ ਦਿੱਤਾ ਸੋ ਚਰਖੜੀਆਂ ਤੇ ਚਾੜ ਆ ਗਿਆ ਇੱਥੇ ਇਤਿਹਾਸਿਕ ਗੱਲ ਹੋਰ ਕਹਿੰਦਾ ਮੈਂ 1 ਮਿੰਟ ਦੀ ਗੱਲ ਕਹਿ ਕੇ ਖਮਾ ਜਾchnਾ ਖੜ ਜਾਣੀ ਆ ਕਿ ਜਦੋਂ ਕੋੜੂੜੇ ਮਾਰੇ ਗਏ ਚਰਖੜੀਆਂ ਤੇ ਚਾੜਿਆ ਗਿਆ ਤੇ ਸਾਡੇ ਇਤਿਹਾਸਕਾਰ ਕਹਿੰਦੇ ਨੇ ਕਿ ਥੋੜਾ ਜਿਹਾ ਸ਼ਹਾਬਾਤ ਸਿੰਘ ਡੋਲ ਗਿਆ ਜਵਾਨੀ ਦੀ ਉਮਰ ਸੀ ਅਜੇ ਉਹਨੂੰ ਲਾਲਚ ਵੀ ਦਿੱਤੇਗਾ 18 ਸਾਲ ਦੀ ਉਮਰ ਸੀ ਅਜੇ ਥੋੜਾ ਜਿਹਾ ਡੋਲ ਗਿਆ ਕਿ ਇੱਕ ਬੰਨੇ ਰਾਜ ਮਿਲਦਾ ਏ ਡੋਲੇ ਮਿਲਦੇ ਨੇ ਦੂਜੇ ਬੰਨੇ ਮੌਤ ਮਿਲਦੀ ਪਈਆ ਦੁੱਖ ਨਹੀਂ ਸਹਿ ਆ ਜਾ ਰਿਹਾ ਚਰਖੜੀ ਦਾ ਦੁੱਖ ਨਹੀਂ ਸਹਿ ਆ ਜਾ ਰਿਹਾ ਕੋੜਿਆਂ ਦਾ ਥੋੜਾ ਮੰਨ ਗਿਆ ਡੋਲਿਆ ਜਦੋਂ ਡੋਲਿਆ ਤੇ ਫਿਰ ਜਈਆ ਖਾਨ ਦਾ ਜਿਹੜਾ ਮੋਰੇਲਾ ਸੀ ਮੌਲਵੀ ਦੇ ਨਾਲ ਬੰਦਾ ਵਿਜੇਖਾਂ ਉਹਨੇ ਆ ਕੇ ਆਖਿਆ ਸ਼ਬ ਸ਼ੁਭੇਗ ਸਿੰਘ ਨੂੰ ਸ਼ਾਬਾਸ਼ ਸਿੰਘ ਤੇਰਾ ਪੁੱਤਰ ਤਾਂ ਸਾਡੇ ਦੀਨ ਦੇ ਦਾਇਰੇ ਚ ਆਉਣਾ ਮੰਨ ਗਿਆ ਤੂੰ ਵੀ ਮੰਨ ਜਾ ਪੁੱਤਰ ਬਾਜ ਜਾਣਾ ਤੂੰ ਵੀ ਬਾਚਾ ਦੋਨੇ ਪਿਓ ਬ ਤੇਰੀ ਕਤਵਾਲੀ ਦੀ ਨੌਕਰੀ ਵੀ ਕਤਵਾਲ ਵਾਪਸ ਕਰ ਦਿੱਤੀ ਜਾਏਗੀ ਉਹ ਕਹਿੰਦਾ ਫੇ ਮੇਰੇ ਪੁੱਤ ਨੂੰ ਮੈਨੂੰ ਮਲਾਵ ਜਾਦਾ ਤੇ ਜਦੋਂ ਸਾਹਮਣੇ ਪੁੱਤਰ ਨੂੰ ਖੜਾ ਕੀਤਾ ਗਿਆ ਸ਼ੁਭੇਗ ਸਿੰਘ ਦੇ ਸ਼ਾਬਾਸ਼ ਸਿੰਘ ਨੂੰ ਤੇ ਆਪਣੇ ਪਾਠ ਕਰ ਰਿਹਾ ਸੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਹਟਿਆ ਸ਼ਿਵੇਕ ਸਿੰਘ ਉਹਨੇ ਆਪਣੇ ਪੈਰਾਂ ਕੋਲ ਪਿਆ ਹੋਇਆ ਰੇਤ ਦੇ ਕਣਕੇ ਨੂੰ ਲਾ ਕੇ ਆਪਣੇ ਗੂਠੇ ਦੇ ਨਾਲ ਉਹ ਗੂਠਾ ਆਪਣੇ ਸ਼ਾਹਬਾਜ਼ ਸਿੰਘ ਆਪਣੇ ਪੁੱਤਰ ਦੇ ਮੱਥੇ ਉੱਤੇ ਲਾ ਦਿੱਤਾ ਤੇ ਬਾਅਦ ਵਿੱਚ ਜੀਖਾ ਨੂੰ ਆਖਣ ਲੱਗਾ ਜੀਖਾ ਲੈ ਹੁਣ ਮੇਰੇ ਪੁੱਤਰ ਨੂੰ ਪੁੱਛਦਾ ਜਰਾ ਕੀ ਪੁੱਛ ਮੇਰੇ ਪੁੱਤਰ ਨੂੰ ਹੁਣ ਤਾਂ ਪੁੱਛ ਜਰਾ ਉੱਤਰ ਮੇ ਛੱਡਣ ਨੂੰ ਤਿਆਰ ਹੈ ਸਿੱਖੀ ਛੱਡਣ ਨੂੰ ਤਿਆਰ ਹੈ ਤਾਂ ਜਦੋਂ ਪੁੱਛਿਆ ਗਿਆ ਤੇ ਸ਼ਬਾਦ ਸਿੰਘ ਕਹਿੰਦਾ ਨਹੀਂ ਸਿੱਖੀ ਨਹੀਂ ਛੱਡ ਸਕਦਾ ਮੈਂ ਚਲਕਰੀ ਦੇ ਛੱਡ ਦਿਓ ਬੰਦ ਬੰਦ ਕਰ ਦਿਓ ਜੋ ਕਰ ਸਕਦੇ ਕਰ ਲੋ ਸਿੱਖੀ ਨਹੀਂ ਛੱਡਾਂਗਾ ਵਿਜੇਖਾਨ ਨੇ ਪੁੱਛਿਆ ਸ਼ੁਭੇਕ ਸਿੰਘ ਨੂੰ ਇਹ ਹੁਣੇ ਤਾਂ ਮੰਨ ਰਿਹਾ ਸੀ ਕੀ ਕਰ ਦਿੱਤਾ ਤੂੰ ਇੱਕ ਧੂੜ ਲਾ ਕੇ ਵਿਵੇਕ ਸਿੰਘ ਨੇ ਆਖਿਆ ਕਿ ਸੁਖਮਨੀ ਸਾਹਿਬ ਦਾ ਪਾਠ ਕਰਕੇ ਹਟਿਆ ਸੀ ਵਾਹਿਗੁਰੂ ਆਖੇ ਗੁਰੂ ਦਾ ਨਾਮ ਲੈ ਕੇ ਮੱਥੇ ਦੇ ਉੱਤੇ ਚਰਨ ਧੂੜ ਦਾ ਇੱਕ ਕਣਕਾ ਲਾਤਾ ਜੀ ਡੋਲਣ ਵਾਲੀ ਲੀਕ ਮਟਾ ਦਿੱਤੀ ਲੈ ਹੁਣ ਉਹ ਜਿਹੜਾ ਮਰਜੀ ਤਸ਼ੱਦਦ ਕਰ ਲਾ ਜਿੰਨਾ ਮਰਜੀ ਪਰਖ ਕਰਕੇ ਦੇਖ ਲਾ ਹੁਣ ਨੀ ਡੋਲੇਗਾ ਤੋ ਨਹੀਂ ਡੋਲਿਆ ਦੋਨਾਂ ਪਿਓ ਪੁੱਤਰਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ ਔਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ 1746 ਸ਼ਹਾਦਤ ਹੋਈ ਸਾਰੀਆਂ ਮਿਸਲਾਂ ਬਾਅਦ ਵਿੱਚ ਇਕੱਠੀਆਂ ਹੋਈਆਂ ਮਿਸਲਾਂ ਇਕੱਠੀਆਂ ਹੋ ਕੇ ਦਲ ਖਾਲਸਾ ਬਣਿਆ ਇਹ 65 ਜਥੇ ਸਨ ਪਹਿਲਾਂ ਇਕੱਠੇ ਹੋ ਕੇ 12 ਮਿਸਲਾਂ ਬਣੀਆਂ ਜਿੱਥੇ ਦਲ ਖਾਲਸਾ ਬਣਿਆ ਤੇ ਉਸ ਦਲ ਖਾਲਸਾ ਨੇ ਪੰਜਾਬ ਦੀ ਧਰਤੀ ਦੇ ਉੱਤੋਂ ਮੁਗਲ ਹਕੂਮਤ ਦਾ ਮਲਿਆ ਮੇਡ ਕਰ ਦਿੱਤਾ ਖਾਲਸੇ ਦੀਆਂ ਮਿਸਲਾਂ ਦਾ ਰਾਜ ਸ਼ੁਰੂ ਹੋਇਆ ਜਿੱਥੇ ਕੁਰਬਾਨੀਆਂ ਹੁੰਦੀਆਂ ਨੇ ਉੱਥੇ ਰਾਜ ਵੀ ਆਉਂਦੇ ਨੇ ਤਪੋਂ ਰਾਜ ਹੋਇਆ ਕਰਦਾ ਹੈ ਪਰ ਨਾਲ ਮੈਂ ਦੂਜੀ ਗੱਲ ਵੀ ਕਹਿ ਦਿਆਂ ਕਿ ਜੇ ਰਾਜ ਵਿੱਚ ਲੋਕ ਗਲਤਾਨ ਹੋ ਜਾਂਦੇ ਨੇ ਫਿਰ ਨਰਕਾ ਜਾਂਦੇ ਨੇ ਤਪੋਂ ਰਾਜ ਉਹ ਰਾਜੋ ਨਰਕ ਸ਼ਹੀਦ ਭਾਈ ਸ਼ੁਭੇਕ ਸਿੰਘ ਜੀ ਸ਼ਹੀਦ ਭਾਈ ਸਾਬਾਸ਼ ਸਿੰਘ ਜੀ ਨੂੰ ਬੇਹੱਦ ਸ਼ਰਧਾਂਜਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ